ਪੰਜਾਬ ਦੇ ਇਸ ਸਮੇਂ ਮੌਸਮ ਦੀ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਹੱਡ ਚੀਰਵੀਂ ਜਿਹੜੀ ਹੈ ਉਹ ਠੰਡ ਪੈ ਰਹੀ ਹੈ। ਲੋਕ ਆਪੋ ਆਪਣੇ ਤਰੀਕਿਆਂ ਦੇ ਨਾਲ ਆਪਣੇ ਬਚਾਅ ਦੇ ਵਿੱਚ ਲੱਗੇ ਹੋਏ ਨੇ। ਪਹਾੜੀ ਇਲਾਕਿਆਂ ਦੇ ਵਿੱਚ ਗੱਲ ਕੀਤੀ ਜਾਵੇ, ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਦੇ ਵਿੱਚ ਕਈ ਜਗ੍ਹਾ ਬਰਫ਼ਬਾਰੀ ਹੋ ਰਹੀ ਹੈ। ਸੋ ਜਿਸ ਦੇ ਚੱਲਦੇ ਇਹ ਸੀਤ ਲਹਿਰ ਦਾ ਅਸਰ ਪੰਜਾਬ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ। ਸੋ ਜਿੱਥੇ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ, ਲਗਭਗ 5 ਦਹਾਕਿਆਂ ਦੇ ਰਿਕਾਰਡ ਟੁੱਟੇ ਨੇ, ਤਾਪਮਾਨ ਇਸ ਪੱਧਰ 'ਤੇ ਘਟਿਆ। ਸੋ ਆਉਣ ਵਾਲੇ 2 ਦਿਨਾਂ ਦੇ ਵਿੱਚ 9 ਅਤੇ 10 ਤਾਰੀਖ ਨੂੰ ਦੱਸਿਆ ਜਾ ਰਿਹਾ ਕਿ ਹਲਕੀ ਕਿਣਮਿਣ ਜਿਹੜੀ ਹੈ, ਹਲਕੀ ਬਾਰਿਸ਼ ਪੰਜਾਬ ਔਰ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਹੋ ਸਕਦੀ ਹੈ। ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਸੀ, ਪਹਿਲਾਂ ਔਰੇਂਜ ਫਿਰ ਯੈਲੋ ਅਲਰਟ, ਕਿਉਂਕਿ ਤਾਪਮਾਨ ਜਿਹੜਾ ਲਗਾਤਾਰ ਘੱਟ ਰਿਹਾ, ਉਸ ਤੋਂ ਇਲਾਵਾ ਠੰਡ ਅਤੇ ਧੁੰਦ ਜਿਹੜੀ ਹੈ ਨਜ਼ਰ ਆ ਰਹੀ ਹੈ। ਕਈ ਦਿਨਾਂ ਤੋਂ ਸਹੀ ਤਰੀਕੇ ਦੇ ਨਾਲ ਇਹ ਕਹਿ ਸਕਦੇ ਹਾਂ ਕਿ ਧੁੱਪ ਵੀ ਨਹੀਂ ਵੇਖਣ ਨੂੰ ਮਿਲੀ, ਕਿਉਂਕਿ ਚਿੱਟੀ ਚਾਦਰ ਦੇ ਨਾਲ ਪੰਜਾਬ ਔਰ ਪੂਰੇ ਉੱਤਰੀ ਭਾਰਤ ਨੂੰ ਧੁੰਦ ਨੇ ਢੱਕਿਆ ਹੋਇਆ।